ਹਾਂਜੀ ਦੋਸਤੋ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਆਪਣੇ ਚੈਨਲ ਕਬੱਡੀ 105 ਨੂੰ ਅਤੇ ਨਾਲ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਹਾਂਜੀ ਦੋਸਤੋ ਆਪ ਸਭ ਦਾ ਸਵਾਗਤ ਹੈ ਆਪ ਦੇ ਆਪਣੇ ਚੈਨਲ ਕਬੱਡੀ 105 ਤੇ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਯਾਨੀ ਕਿ 1 ਨਵੰਬਰ 2020 ਨੂੰ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਤਾਂ ਕਰ ਲਓ ਨੋਟ ਅੱਜ ਦੇ ਕਬੱਡੀ ਕੱਪ ਅੱਜ ਦਾ ਪਹਿਲਾ ਕਬੱਡੀ ਕੱਪ ਹੋਵੇਗਾ ਪਿੰਡ ਸੌਰ ਸਿੰਘ ਤਰਨਤਾਰਨ ਸਾਹਿਬ ਵਿੱਚ ਅਤੇ ਇੱਥੇ ਕਬੱਡੀ ਦੇ 100 ਮੈਚ ਕਰਵਾਏ ਜਾਣਗੇ ਘਰੇਾਲਾ ਅਤੇ ਦੜਬਾ ਦੀਆਂ ਟੀਮਾਂ ਵਿਚਾਲੇ ਅਤੇ ਇਸ ਦਾ ਲਾਈਵ ਤੁਸੀਂ ਕਬੱਡੀ ਜੈਕਸਨ ਦੇ ਜ਼ਰੀਏ ਦੇਖ ਸਕਦੇ ਹੋ ਅੱਜ ਦਾ ਦੂਜਾ ਕਬੱਡੀ ਕੱਪ ਹੋਵੇਗਾ ਪਿੰਡ ਕਮਾਣਾ ਜੋ ਕਿ ਪਟਿਆਲਾ ਦੇ ਵਿੱਚ ਪੈਂਦਾ ਹੈ ਅਤੇ ਇੱਥੇ ਕਬੱਡੀ ਓਪਨ ਅਤੇ ਕਬੱਡੀ 75 ਕਿਲੋ ਦਾ ਮੈਚ ਕਰਵਾਏ ਜਾਣਗੇ ਕਬੱਡੀ ਓਪਨ ਦਾ ਪਹਿਲਾ ਇਨਾਮ ਹੋਵੇਗਾ 41000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 31000 ਰੁਪਏ ਅਤੇ ਬੈਸਟਾਂ ਨੂੰ 11-11000 ਰੁਪਏ ਦਿੱਤੇ ਜਾਣਗੇ ਅਤੇ ਸੱਦੀਆਂ ਹੀਆਂ ਟੀਮਾਂ ਹੀ ਭਾਗ ਲੈ ਸਕਦੀਆਂ ਹਨ ਅਤੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 5200 ਰੁਪਏ ਅਤੇ ਦੂਸਰਾ ਇਨਾਮ 3100 ਰੁਪਏ ਹੋਵੇਗਾ ਅਤੇ ਬੈਸਟਾਂ ਨੂੰ ਕੱਪ ਹੋਵੇਗਾ ਅਤੇ ਸੱਦੀਆਂ ਹੀਆਂ ਟੀਮਾਂ ਭਾਗ ਲੈਣਗੀਆਂ ਇਸ ਕਬੱਡੀ ਕੱਪ ਦਾ ਲਾਈਵ ਤੁਸੀਂ ਕਬੱਡੀ365.com ਦੇ ਜ਼ਰੀਏ ਦੇਖ ਸਕਦੇ ਹੋ ਅੱਜ ਦਾ ਦੂਜਾ ਤੀਜਾ ਕਬੱਡੀ ਕੱਪ ਹੋਵੇਗਾ ਪੈਂਡ ਰਾਏ ਕੋਟ ਲੁਧਿਆਣਾ ਵਿੱਚ ਅਤੇ ਇੱਥੇ ਕਬੱਡੀ 65 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਹੋਵੇਗਾ 11000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 7100 ਰੁਪਏ ਅਤੇ ਬੈਸਟ ਨੂੰ ਮੋਡੀਫਾਈ ਸਕੂਟਰ ਦਿੱਤੇ ਜਾਣਗੇ ਏਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਇਸ ਤੋਂ ਵੀ ਇਲਾਵਾ ਜੇਕਰ ਕਿਤੇ ਵੀ ਕਬੱਡੀ ਕੱਪ ਹੋਵੇ ਤਾਂ ਵੀਡੀਓ ਥੱਲੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ